ਨਮਸਕਾਰ, ਇਨਸਾਫ ਟੀਵੀ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਦੀਪਕ ਤੇ ਪੇਸ਼ ਆਣ ਅੱਜ ਦੀਆਂ ਖਬਰਾਂ। ਅੱਜ ਡਾਕਟਰ ਸਤਨਾਮ ਸਿੰਘ ਨਿੱਜਰ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਅਹੁਦਾ ਸੰਭਾਲਣ ਤੇ ਵਧਾਈ ਦੇਣ ਪਹੁੰਚੇ SS ਬੋਰਡ ਦੇ ਪੰਜਾਬ ਦੇ ਚੇਅਰਮੈਨ ਰਮਨ ਬੈਨ ਨੇ ਕਿਹਾ ਕਿ ਡਾਕਟਰ ਸਤਨਾਮ ਸਿੰਘ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦੇਣ ਤੇ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਵਧੀਆ ਅਤੇ ਇਮਾਨਦਾਰ ਇਨਸਾਨ ਦਿੱਤਾ ਹੈ। ਉਹਨਾਂ ਕਿਹਾ ਕਿ ਪਲੈਨਿੰਗ ਬੋਰਡ ਅਜਿਹਾ ਅਦਾਰਾ ਹੈ ਜਿਸ ਨਾਲ ਪੰਚਾਇਤੀ ਰਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਉੱਥੇ ਉਹਨਾਂ ਕਿਹਾ ਕਿ ਇਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਵੀ ਵਧੀਆ ਕਾਰਗੁਜ਼ਾਰੀ ਰਹੇਗੀ ਜਿਸ ਨਾਲ ਇਹ ਹੋਰ ਅੱਗੇ ਵਧੇਗਾ। ਮੈਂ ਇਹਨਾਂ ਤੋਂ ਆਸ਼ਾ ਕਰਦਾ ਹਾਂ ਕਿ ਇਹ ਗੁਰਦਾਸਪੁਰ ਜ਼ਿਲ੍ਹੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਕੀ ਕਹਿਣਾ ਹੈ ਸਰ, ਚੇਅਰਮੈਨ ਨੇ ਅਹੁਦਾ ਸੰਭਾਲਿਆ ਆ? ਸਭ ਤੋਂ ਪਹਿਲਾਂ ਅੱਜ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ 'ਤੇ ਡਾਕਟਰ ਨਿੱਜਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ। ਉਹਦੇ ਨਾਲ ਹੀ ਮੈਂ ਸਮੁੱਚੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਦਾ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਔਰ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵਧੀਆ ਚੋਇਸ ਕਰਕੇ ਇੱਕ ਅੱਛੇ ਇਨਸਾਨ ਨੂੰ ਇਸ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ। ਕਿਉਂਕਿ ਪਲੈਨਿੰਗ ਬੋਰਡ ਇੱਕ ਇਹੋ ਜਿਹਾ ਅਹਿਮ ਮਹਿਕਮਾ ਹੈ ਪਲੈਨਿੰਗ ਦੇ ਵਿੱਚ ਜਿਹਦੇ ਵਿੱਚ ਸਾਡੇ ਪੰਚਾਇਤੀ ਰਾਜ ਨੂੰ ਮਜ਼ਬੂਤੀ ਮਿਲੂਗੀ। ਸੋ ਮੈਂ ਸਮਝਦਾ ਕਿ ਕਈ ਵਾਰੀ ਇਨਸਾਨ ਦੀ ਅਹੁਦਿਆਂ ਦੇ ਨਾਲ ਗੱਲ ਬਣਦੀ ਆ, ਪਰ ਇਹਦੇ ਵਿੱਚ ਅਹੁਦੇ ਨੂੰ ਪੂਰਾ ਜਸਟੀਫਾਈ ਕਰਨਗੇ ਡਾਕਟਰ ਸਾਹਿਬ। ਇਹਨਾਂ ਦੀ ਸਿਆਸੀ ਜ਼ਿੰਦਗੀ ਤੋਂ ਇਲਾਵਾ ਇੱਕ ਬਹੁਤ ਵਧੀਆ ਸੋਸ਼ਲ ਇਨਵੈਸਟਿੰਗ ਨੇ ਔਰ ਇਹਨਾਂ ਦਾ ਪਰਿਵਾਰ ਦੇ ਵਿੱਚ ਇਨਵਾਇਰਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਐਜੂਕੇਸ਼ਨ ਫੀਲਡ ਜਿਹੜਾ ਅੱਜ ਕੱਲ੍ਹ ਨੈਗਲੈਕਟ ਹੋ ਰਿਹਾ, ਕਮਰਸ਼ਲਾਈਜ਼ ਹੋ ਰਿਹਾ, ਉਹਦੇ ਵਿੱਚ ਵੀ ਲੋੜ ਹੈ। ਔਰ ਮੈਂ ਸਮਝਦਾ ਕਿ ਡਾਕਟਰ ਸਾਹਿਬ ਦੀ ਪੂਰੇ ਨਾਲ